हेलो, मेरा नाम चौधरी रजिंदर निजर हैगा ते मैं पंडूरी निजरां दा जट हैगा। ते बाणी क्रिश्चियनिटी ते इस्लाम दा प्रचार करता। रियल इस्लाम जिहड़ा हैगा वो शरिया फ्री हैगा। ये जिहड़ा इस्लाम हैगा अजकल ये हैगा शैताना दा। ये जी शरिया हुंदी हैगी मुल्ला दी, मुल्ला दा इस्लाम हैगा, अल्लाह दा नहीं हैगा। ਇਹਨਾਂ ਨੇ ਬਥੇਰੇ ਅੱਤਿਆਚਾਰ ਕੀਤੇ ਨੇ ਤੇ ਹੁਣ ਅਖੀਰ ਆਇਆ ਹੈਗਾ। ਪਰਮਾਤਮਾ ਇਹਨਾਂ ਦੇ ਸਾਰਿਆਂ ਨੂੰ ਕਰੇਗਾ ਸੂਤ। ਤੇ ਅੱਜ ਮੈਂ ਕਰ ਰਿਹਾ ਬਾਣੀ ਦੀ ਵਿਆਖਿਆ, ਆਸਾ ਮਹੱਲਾ ਚੌਥਾ। ਚੌਥੇ ਜਿਹੜੇ ਸੀ ਸਤਿਗੁਰੂ ਸੀਗੇ, ਉਹ ਸਤਿਗੁਰੂ ਰਾਮਦਾਸ ਜੀ ਸੀਗੇ। ਤੇ ਜੇ ਉਹਨਾਂ ਦੀ ਤੁਸੀਂ ਸਮਝੋ ਵੀ ਕਿਉਂ ਉਹਨਾਂ ਦਾ ਕੀ ਸੀਗਾ ਦਰਜਾ, ਉਹਨਾਂ ਦਾ ਕੰਮ ਕੀ ਸੀਗਾ, ਤਾਂ ਤੁਹਾਨੂੰ ਇਹ ਬਾਣੀ ਸਮਝ ਆ ਜਾਏਗੀ। ਤੇ ਉਹ ਹੈਗਾ ਚਾਰਟ ਹੈਗਾ ਇੱਕ ਬਣਾਇਆ ਮੈਂ, ਜਿਹੜਾ ਕਿ ਡਿਸਕ੍ਰਿਪਸ਼ਨ ਦੇ ਵਿੱਚ ਇਹ ਹੈਗਾ ਤੇ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੈਗੇ ਆ। ਸਤਿਗੁਰੂ ਨਾਨਕ ਦੇਵ ਜੀ ਨੇ ਜਨਰਲ ਇੰਟਰੋਡਕਸ਼ਨ ਦਿੱਤੀ, ਫਿਰ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰੀ ਲੋਕਾਂ ਨੂੰ, ਉਹਨਾਂ ਨੂੰ ਸਨਮੁੱਖ ਬਣਾਇਆ। ਸਤਿਗੁਰੂ ਅਮਰ ਦੇਵ ਜੀ ਦੇ ਹੱਥ ਫੜਾਏ, ਸਤਿਗੁਰੂ ਅਮਰ ਦੇਵ ਜੀ ਨੇ ਉਹਨਾਂ ਦੀ ਦੁਬਧਾ ਭੰਨੀ ਤੇ ਫਿਰ ਉਹਨਾਂ ਨੂੰ ਸਤਿਗੁਰੂ ਰਾਮਦਾਸ ਜੀ ਦੇ ਹੱਥ ਫੜਾਇਆ। ਇਹ ਜਿਹੜੇ ਗੁਰਮੁਖ ਹੈਗੇ ਨੇ, ਸਨਮੁੱਖ ਗੁਰਮੁਖ ਤੇ ਮਨਮੁਖ ਜਿਹੜਾ ਹੈਗਾ ਥੱਲੇ ਹੈਗਾ, ਤੇ ਕੁੜਿਆਰ ਹੈਗੇ ਨੇ ਇੱਥੇ। ਤੇ ਇਹ ਜਿਹੜੇ ਹੈਗੇ ਸਤਿਗੁਰੂ ਰਾਮਦਾਸ ਜੀ ਦੇ ਸਿੱਖ ਹੈਗੇ ਨੇ, ਇਹ ਗੁਰਮੁਖ ਹੈਗੇ, ਸੀਲਡ ਟੂ ਸਰਵ ਗੋਡ। ਤੇ ਇਹ ਗੁਰਮੁਖ ਜਿਹੜਾ ਹਰਫ ਹੈਗਾ ਗੁਰ ਤੇ ਮੁਖ, ਗੁਰ ਹੈਗਾ ਢੰਗ, ਮੁਖ ਹੈਗਾ ਮੂੰਹ। ਉਹ ਹੈਗੇ ਨੇ ਜਿਹੜੇ ਗੁਰ ਨਾਲ ਬੋਲਦੇ ਨੇ, ਐਵੇਂ ਨਹੀਂ ਆਲਪਤਾਲ ਬੋਲਦੇ, ਤੇ ਗੁਰ ਨਾਲ ਉਹ ਫਿਰ ਪ੍ਰਚਾਰ ਕਰਦੇ ਨੇ। ਇਹ ਹੈਗੇ ਨੇ ਜਿਹੜੇ ਕਿ ਪ੍ਰਚਾਰ ਵੀ, ਆਹ ਜਿਹੜੇ ਸੁਣਦੇ ਹੈਗੇ ਕੱਲਾ ਜਿਹੜੇ ਐਰੋ ਹੈਗਾ ਨਾ, ਆਹ ਹੈਗੇ ਪ੍ਰਚਾਰ ਵੀ ਕਰਦੇ ਨੇ। ਤੇ ਜੇ ਅਕਾਲ ਪੁਰਖ ਨੂੰ ਭਾਵੇ ਤਾਂ ਫਿਰ ਇੱਥੇ ਚੌਥੇ ਪਦ ਚ ਲੈ ਜਾਂਦੇ ਹੈਗਾ, ਹੋਮੇ ਮਨ ਬੁੱਧੀ ਤੇ ਚਿੱਤ ਬਿਰਤੀ। ਸੋਚਿਆ ਸੋਚਣਾ ਹੋਏ ਜੇ ਸੋਚੀ ਲਖਵਾਰ, ਚੁੱਪਿਆਂ ਚੁੱਪ ਰਹੋ ਜੇ ਲੈ ਰਹਾਂ ਲਗਤਾਰ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਪਾਰ, ਸਹਿਨ ਸਿਆਪਾ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ। ਇਹ ਹੈਗਾ ਲਓ ਹੁਣ ਸਤਿਗੁਰੂ ਹੈਗੇ ਨੇ, ਗੁਰੂ ਨਹੀਂ ਕੋਈ ਵੀ ਹੈਗਾ ਸਿੱਖੀ 'ਚ, ਗੁਰੂ ਹੁੰਦਾ ਬ੍ਰਾਹਮਣ ਗੁਰੂ, ਮਾਤਾ ਪਿਤਾ ਅਤੇ ਪੰਡਿਤ, ਇਹ ਤਿੰਨ ਗੁਰੂ ਹੈਗੇ ਨੇ। ਅਤੇ ਸਿੱਖਾਂ ਦਾ ਹੁੰਦੇ ਨੇ ਸਤਿਗੁਰੂ, ਜਿਹੜਾ ਹੈਗਾ ਤੁਹਾਡੇ ਆਹ ਹੈਗਾ ਹਰਿਮੰਦਰ ਹੈਗਾ, ਹਰਿਮੰਦਰ ਦੇ ਵਿੱਚ ਜਿਹੜਾ ਬੈਠਾ ਨਾ ਉਹਨੂੰ ਕਹੀਦਾ ਗਾ ਸਤਿਗੁਰੂ, ਅਤੇ ਇਹਨੂੰ ਕਹੀਦਾ ਇਨਰ ਮੈਨ ਵੀ ਕਹੀਦਾ ਹੈਗਾ। ਆਪਣੇ ਕ੍ਰਿਸ਼ਚੈਨਿਟੀ 'ਚ ਇਨਰ ਮੈਨ ਕਹਿੰਦੇ ਨੇ। ਅਤੇ ਜੀਜ਼ ਜਿਹੜਾ ਸੀ ਇਹ ਪਹਿਲਾ ਸੀ ਸਤਿਗੁਰੂ ਦੁਨੀਆਂ 'ਚ ਆਇਆ, ਅਤੇ ਦੂਜਾ ਜਿਹੜਾ ਸੀ ਸਤਿਗੁਰੂ ਨਾਨਕ ਸੀ, ਇਹ ਸੈਕਿੰਡ ਕਮਿੰਗ ਆਫ ਜੀਜ਼ ਹੈਗੇ। ਅਤੇ ਹਰਿਮੰਦਰ ਜਿਹੜਾ ਸੇਮ ਸਾਈਜ਼ ਹੈਗਾ ਜਿਹੜਾ ਹੋਲੀਐਸਟ ਆਫ ਹੋਲੀ ਹੁੰਦਾ ਸੀ ਜਰੂਸਲਮ ਵਿੱਚ। ਇਹ ਬਾਹਲੀ ਜਾਣਕਾਰੀ ਲਈ ਤੁਸੀਂ ਮੇਰੀ ਵੈਬਸਾਈਟ 'ਤੇ ਜਾਓ। ਅੱਛਾ, ਹਰ ਕੀਰਤ ਮਨ ਭਾਈ ਪਰਮਗਤ ਪਾਈ, ਹਰ ਮਨ ਤਨ ਮਿੱਠਾ ਲਗਾਨ ਜੀਓ। ਹਰ ਕੀਰਤ ਜਿਹੜਾ ਹੈਗਾ ਅਕਾਲ ਪੁਰਖ ਦਾ ਜਸ ਗਾਣਾ ਮਨ ਨੂੰ ਪਾਉਂਦਾ ਹੈਗਾ, ਪਰਮ ਗਤ ਪਾਈ ਫਿਰ ਉਹਦੇ ਸਾਰੇ ਉੱਚੀ ਜਿਹੜੀ ਗਤ ਹੁੰਦੀ ਆਦਮੀ ਪਾਉਂਦਾ ਹੈਗਾ, ਇੱਜ਼ਤ ਪਾਉਂਦਾ ਹੈਗਾ। ਲੋਕੀ ਉਹਦੇ ਜਦੋਂ ਸੁਣਦੇ ਨੇ ਵਿਆਖਿਆ ਤਾਂ ਬੜੇ ਖੁਸ਼ ਹੁੰਦੇ ਨੇ ਗੁਰਮੁਖ ਦੀ, ਇਹ ਗੁਰਮੁਖ ਦਾ ਹੈਗਾ ਨਾ ਉਹ ਵਿਆਖਿਆ ਕਰਕੇ ਦੱਸਦਾ ਹੈਗਾ। ਮਨ ਪਾਈ ਹਰ ਮਨ ਤਨ ਮਿੱਠਾ ਲਗਾਨ ਜੀਓ,
ਮਨ ਤੇ ਤਨ ਨੂੰ ਦਿਲ ਨੂੰ ਵੀ ਉਹ ਮਿੱਠਾ ਲੱਗਦਾ ਹੈਗਾ, ਮਨ ਨੂੰ ਵੀ ਮਿੱਠਾ ਲੱਗਦਾ ਤੇ ਤੁਹਾਡੇ ਦਿਲ ਨੂੰ ਵੀ ਮਿੱਠਾ ਲੱਗਦਾ ਹੈਗਾ। ਉਹ ਤੇ ਫਿਰ ਲਗਨ ਲੱਗ ਜਾਂਦੀ ਹੈ, ਉਹਦੀ ਮਿੱਠੀ ਲਗਨ ਲੱਗ ਜਾਂਦੀ। ਹਰ ਹਰ ਚਾ ਹਰ ਹਰ ਰਸ ਪਾਇਆ ਜਿਨ ਹਰ ਜਿਹਨੇ ਹਰ ਹਰ ਰਸ ਪਾਇਆ, ਜਿਹਨੇ ਸੁਣਿਆ ਹਰ ਸੁਣਿਆ ਅਤੇ ਹਰ ਮੂੰਹ ਤੋਂ ਬੋਲਿਆ ਆਪਣੇ ਵਿਆਖਿਆ ਕੀਤੀ, ਜਿਹਨੇ ਹਰ ਹਰ ਰਸ ਪਾਇਆ ਜਿਹਨੇ ਵਿਆਖਿਆ ਕੀਤੀ ਅਤੇ ਲੋਕਾਂ ਨੂੰ ਦੱਸਿਆ ਗੁਰਮੁਖ ਨੇ ਪਾਇਆ। ਗੁਰਮਤ ਹਰ ਦਿਆਇਆ, ਗੁਰ ਹੁੰਦਾ ਹੈਗਾ ਢੰਗ, ਮਤ ਹੁੰਦੀ ਅਕਲ ਜਿਹੜਾ ਲੋਜੀਕਲ ਰੀਜ਼ਨਿੰਗ ਨਾਲ ਚੱਲਦਾ ਹੈਗਾ, ਐਵੇਂ ਨਹੀਂ ਆਲ ਪਤਾਲ ਬੋਲੀ ਜਾਂਦਾ। ਜਿੱਦਾਂ ਆ ਜਾਂਦੇ ਗੁਰਦੁਆਰੇ 'ਚ ਤਾਂ ਕਹਿ ਦਿੰਦੇ ਸਿੱਖ ਕੌਮ, ਸਿੱਖ ਦਾ ਪੰਥ ਹੈਗਾ। ਇੱਦਾਂ ਦੇ ਜਿਹੜੇ ਆ ਜਾਂਦੇ ਨਾ, ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਇਹ ਫਿਰ ਜਦੋਂ ਕੂੜ ਬੋਲਦੇ ਨੇ ਮਿੱਠਾ ਮੱਖੇ ਮਿੱਠਾ, ਅਤੇ ਜਦੋਂ ਡੁੱਬਦੇ ਨੇ ਪੂਰ ਫਿਰ ਹਾਇਆ ਕਰਦੇ ਨੇ ਲੋਕ। ਇਸ ਕਰਕੇ ਧਿਆਨ ਨਾਲ ਚੱਲੋ, ਆਪਣੀ ਜਿਹੜੀ ਬੋਧੀ ਦੂਜਿਆਂ ਦੇ ਹੱਥ ਨਾ ਫੜਾਓ, ਕਿਉਂ ਕਲਯੁੱਗ ਵਿੱਚ ਹਰ ਇੱਕ ਨੇ ਹਿਸਾਬ ਕਿਤਾਬ ਅਕਾਲ ਪੁਰਖ ਖੁਦ ਦੇਣਾ, ਕਿਸੇ ਉਹ ਬਾਬੇ ਨੇ ਨਹੀਂ ਦੇ ਦੇਣਾ ਜਾਂ ਰਾਧਾ ਸਵਾਮੀ ਨੇ ਨਹੀਂ ਦੇ ਦੇਣਾ ਹੈਗਾ। ਇਹ ਸਾਰੇ ਠੱਗੂ ਹੈਗੇ ਨੇ। ਹਰ ਹਰ ਰਸ ਪਾਇਆ, ਉਹ ਸਵਾਦ ਪੈ ਜਾਂਦਾ ਜਿੱਦਾਂ ਜਦੋਂ ਤੁਸੀਂ ਬਾਣੀ ਦੀ ਉਚਾਰਦੇ ਆ ਵਿਆਖਿਆ ਕਰਦੇ ਆ। ਗੁਰਮਤ ਹਰ ਧਿਆਇਆ, ਅਤੇ ਗੁਰ ਦੇ ਮਤ ਲੋਜੀਕਲ ਰੀਜ਼ਨਿੰਗ ਦੇ ਨਾਲ ਹਰ ਨੂੰ ਧਿਆਇਆ ਹੈਗਾ, ਉਹਨੂੰ ਸਮਝਿਆ ਹੈਗਾ। ਤੁਰ ਮਸਤਕ ਭਾਗ ਪੁਰਾਣ ਜੀਓ, ਇਹ ਜਿਹਦੇ ਜਿਹਦੇ ਮਸਤਕ 'ਚ ਲਿਖਿਆ ਹੈਗਾ ਉਹਨੂੰ ਇਹ ਫਿਰ ਮਿਲਦਾ ਹੈਗਾ। ਹਰ ਇੱਕ ਨਹੀਂ ਇਹ ਕਰ ਸਕਦਾ। ਤੁਰ ਮਸਤਕ ਭਾਗ ਹਰ ਨਾਮ ਸੁਹਾਗ, ਜਿਹਨੂੰ ਤੁਰ ਤੋਂ ਮਸਤਕ ਤੋਂ ਮਿਲਿਆ ਗਾ ਉਹਦੇ ਭਾਗਾਂ 'ਚ ਹਰ ਨਾਮ ਸੁਹਾਗ, ਉਹਨੂੰ ਹਰ ਦਾ ਨਾਮ ਜਿਹੜਾ ਸੋਹਣਾ ਲੱਗਦਾ ਹੈਗਾ, ਯਾਨੀ ਕਿ ਉਹ ਜਿਹੜਾ ਗੁਰਮੁਖ ਹੈਗਾ ਉਹਨੂੰ ਸੋਹਣਾ ਲੱਗਦਾ ਹੈਗਾ। ਮਨਮੁਖ ਜਿਹੜਾ ਹੁੰਦਾ ਹੈਗਾ ਉਹਨੂੰ ਪੈਸਾ ਸੋਹਣਾ ਲੱਗਦਾ ਹੈਗਾ। ਉਹ ਬਾਣੀ ਜਦੋਂ ਉਚਾਰਦਾ ਹੈਗਾ ਜਾਂ ਕੁਛ ਕਰਦਾ ਹੈਗਾ ਉਹ ਮਿੱਠੀ ਮਿੱਠੀ ਬੋਲ ਕੇ ਤੁਹਾਨੂੰ ਮੋਹ ਲੈਂਦਾ ਹੈਗਾ, ਅਤੇ ਇਹਨਾਂ ਦੀਆਂ ਗੱਲਾਂ ਸੁਣਾਊਗਾ ਜਿਹੜੀਆਂ ਕਿ ਤੁਸੀਂ ਪੈਸਾ ਕੱਢੋ ਜੇਬ ਵਿੱਚੋਂ। ਜਿਹੜਾ ਸੰਤ ਪੈਸਾ ਪੈਸੇ ਨੂੰ ਹੱਥ ਲਾਉਂਦਾ ਨਾ, ਉਹ ਸੰਤ ਨਹੀਂ ਹੈਗਾ, ਕਸੰਤ ਹੈਗਾ। ਇਹ ਜਿਹੜੇ ਆ ਜਾਂਦੇ ਨਾ ਕਿ ਮੈਂ ਉੱਥੇ ਹੋਸਪਿਟਲ ਬਣਾਉਣਾ ਆ ਕਰਨਾ ਅਤੇ ਪੈਸੇ ਉਗਰਾਹ ਕੇ ਚਲੇ ਜਾਂਦੇ ਲੋਕਾਂ ਤੋਂ, ਉਹ ਸੰਤ ਨਹੀਂ ਹੈਗੇ, ਉਹ ਕਸੰਤ ਹੈਗੇ ਨੇ। ਉਹਨਾਂ ਤੋਂ ਬਚ ਕੇ ਰਹੋ, ਕਿ ਕਲਯੁੱਗ ਵਿੱਚ ਲਾਲਚ ਇੱਕ ਨੰਬਰ ਦਾ ਹੁੰਦਾ ਹੈਗਾ। ਲਾਲਚ ਦਾ ਇਲਾਜ ਕਰਨ ਲਈ ਸਤਿਗੁਰੂ ਆਉਂਦੇ ਨੇ। ਤੁਰ ਮਸਤਕ ਭਾਗ ਹਰ ਨਾਮ ਸੁਹਾਗ, ਉਹਦੇ ਜਿਹੜਾ ਹੁੰਦਾ ਨਾਮ ਜਿਹੜਾ ਉਹਨੂੰ ਸੁਹਾਉਂਦਾ ਹੈਗਾ, ਚੰਗਾ ਲੱਗਦਾ ਹੈਗਾ। ਹਰ ਨਾਮੇ ਹਰ ਗੁਣ ਗਾਇਆ, ਹਰ ਦੇ ਨਾਮ ਦੇ ਨਾਲ ਸਮਝ ਕੇ ਅਤੇ ਫਿਰ ਹਰ ਦੇ ਗੁਣ ਗਾਏ। ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਮਸਤਕ ਮੱਥੇ 'ਤੇ, ਮਸਤਕ ਆਪਣੇ ਤੁਹਾਡੀ ਤੁਹਾਡੇ ਮਸਤਕ 'ਚ ਕਹੀਦਾ ਹੈਗਾ ਵੀ ਤੁਹਾਡੇ ਕਿਸਮਤ 'ਚ, ਤੁਹਾਡੇ ਮੱਥੇ 'ਤੇ ਮਣੀ, ਮਣੀ ਜਿਹੜੀ ਜਿਹੜੀ ਰੋਸ਼ਨੀ ਕਰਦੀ ਹੈਗੀ, ਜਿੱਦਾਂ ਸੱਪ ਦੀ ਕਹੀਦਾ ਨਾ ਮਣੀ ਹੁੰਦੀ ਉਹ ਕਰਦਾ ਹੈਗਾ, ਅਤੇ ਇੱਦਾਂ ਇਹ ਦੇਖੀ ਤਾਂ ਨਹੀਂ ਹੈਗੀ, ਸੁਣਿਆ। ਅਤੇ ਇਹ ਜਿਹੜੀ ਹੈਗੀ ਵੀ ਇਹ ਪ੍ਰੀਤ ਉਹਦੇ ਚਮਕ ਪੈਂਦਾ ਹੈਗਾ ਮੱਥਾ। ਪ੍ਰੀਤ ਬਹੁਤ ਪ੍ਰਗਟੀ, ਤੋ ਉਹਦਾ ਬਹੁਤ ਪਿਆਰ ਹੋ ਜਾਂਦਾ ਫਿਰ ਅਕਾਲ ਪੁਰਖ ਨਾਲ। ਪ੍ਰਗਟੀ ਹਰ ਨਾਮੇ ਹਰ ਸੁਹਾਇਆ, ਹਰ ਨਾਮੇ ਅਕਾਲ ਪੁਰਖ ਦੇ ਨਾਮ ਨਾਲ ਜਿਹੜਾ ਕਿ ਲੋਜੀਕਲ ਰੀਜ਼ਨਿੰਗ ਨਾਲ ਸਮਝੀਦਾ ਹੈਗਾ। ਲੋਜੀਕਲ ਰੀਜ਼ਨਿੰਗ ਨੂੰ ਜਿਹੜਾ ਕਹਿੰਦੇ ਲੋਗੋ ਕਹਿੰਦੇ ਨੇ, ਲੋਗੋ ਹੈਗਾ ਹਿਜ ਵਰਡ। ਅਤੇ ਹਰ ਨਾਮੇ ਹਰ ਸੁਹਾਇਆ, ਉਹ ਫਿਰ ਹਰ ਦਾ ਜਿਹੜਾ ਗੀਤ ਜਿਹੜੇ ਸੁਹਾਉਂਦੇ ਹੈਗੇ ਨੇ।
ਉਹ ਜਿਹੜੀ ਤਰੀਫ ਹੈਗੀ ਉਹ ਸਹਾਉਂਦੀ ਹੈਗੀ, ਨਹੀਂ ਤਾਂ ਤੁਸੀਂ ਐਵੇਂ ਆਲ ਪਤਾਲ ਬੋਲੀ ਜਾਓ ਅਤੇ ਉਹ ਫਿਰ ਕੁਛ ਨਹੀਂ ਬਣਦਾ। ਮਿੱਠਾ ਹੋਊਗਾ ਜ਼ਰੂਰ, ਉਹ ਕੂੜ ਹੁੰਦਾ ਮਿੱਠਾ, ਜਿਹੜਾ ਸੱਤ ਹੁੰਦਾ ਉਹ ਨਹੀਂ ਮਿੱਠਾ ਹੁੰਦਾ, ਉਸ ਸਿੱਧਾ ਹੁੰਦਾ। ਜੋਤੀ ਜੋਤ ਮਿਲੀ, ਫਿਰ ਤੁਹਾਡੀ ਜਿਹੜੀ ਜੋਤ ਹੈਗੀ ਉਹਦਾ ਉਹਦੀ ਜੋਤ ਨਾਲ ਮਿਲ ਜਾਂਦੀ ਹੈਗੀ, ਯਾਨੀ ਕਿ ਤੁਸੀਂ ਚੌਥਾ ਪਦ ਪਾ ਜਾਂਦੇ ਆ। ਪ੍ਰਭ ਪਾਇਆ ਮਿਲ ਸਤਿਗੁਰੂ ਮੁਣਿਆ ਮਾਨ ਜੀਓ, ਅਤੇ ਚੌਥਾ ਪਦ ਪਾਇਆ ਮਿਲ ਸਤਿਗੁਰੂ। ਸਤਿਗੁਰੂ ਜਦੋਂ ਮਿਲਦਾ ਹੈਗਾ, ਸਤਿਗੁਰੂ ਹੈਗਾ ਸੱਤ ਦਾ ਗੁਰ, ਸੱਤ ਦਾ ਗੁਰ ਜਦੋਂ ਤੁਸੀਂ ਲੌਜੀਕਲ ਰੀਜ਼ਨਿੰਗ ਸਮਝ ਜਾਂਦੇ ਆ, ਅਤੇ ਸਤਿਗੁਰੂ ਤੁਹਾਡੇ ਅੰਦਰ ਹੈਗਾ, ਆਹ ਹੈਗਾ ਹਰਿਮੰਦਰ, ਹਰਿਮੰਦਰ ਦੇ ਵਿੱਚ ਜਿਹੜਾ ਬੈਠਾ ਹੈਗਾ ਉਹਨੂੰ ਕਹੀਦਾ ਸਤਿਗੁਰੂ, ਜਿਹੜਾ ਇੱਟਾਂ ਦੇ ਮੰਦਰ 'ਚ ਬੈਠਾ ਹੈਗਾ ਉਹਨੂੰ ਕਹੀਦਾ ਗੁਰੂ, ਉਹ ਹੈਗਾ ਬ੍ਰਹਮ ਬ੍ਰਾਹਮਣ ਗੁਰੂ। ਮਾਤਾ ਪਿਤਾ ਅਤੇ ਪੰਡਿਤ, ਇਹ ਤਿੰਨ ਗੁਰੂ ਨੇ, ਅਤੇ ਚੌਥਾ ਜਿਹੜਾ ਹੈਗਾ ਉਹ ਬੋਧੀ ਨੂੰ ਜਿਹੜੇ ਗੱਠ ਦਿੱਤੀ ਹੁੰਦੀ ਹੈ ਨਾ, ਉਹ ਸਤਿਗੁਰੂ ਦੀ ਦਿੱਤੀ ਹੁੰਦੀ, ਉਹਦੀ ਯਾਦ ਲਈ, ਅਤੇ ਸਭ ਤੋਂ ਵੱਡਾ ਹੁੰਦਾ ਸਤਿਗੁਰੂ। ਹਰ ਕਿਰਤ ਮਨ ਭਾਏ ਪਰਮ ਗਤ ਪਾਏ, ਹਰ ਕਿਰਤ ਦੇ ਨਾਲ ਜਿਹੜਾ ਮਨ ਜਿਹੜਾ ਨਾ ਉਹਨੂੰ ਉਹਦੇ ਭਾਗਾਂ 'ਚ ਉਹਨੂੰ ਚੰਗਾ ਲੱਗਦਾ ਹੈਗਾ। ਪਰਮ ਗਤ ਪਾਏ ਅਤੇ ਪੂਰੀ ਜਿਹੜੀ ਉੱਚੀ ਇੱਜ਼ਤ ਪਾਈ, ਉੱਚਾ ਦਰਜਾ ਪਾਇਆ, ਹਰ ਮਨ ਤਨ ਮਿੱਠਾ ਲਗਾਨ ਜੀਓ, ਜਿਹੜਾ ਹਰ ਮਨ ਨੂੰ ਵੀ ਚੰਗਾ ਲੱਗਦਾ ਹੈਗਾ ਅਤੇ ਦਿਲ ਨੂੰ ਵੀ ਮਿੱਠਾ ਲਗਾਨ ਜੀਓ, ਉਹਨੂੰ ਫਿਰ ਮਿੱਠਾ ਲੱਗਦਾ ਹੈਗਾ, ਮਿੱਠੇ ਲਗਨ ਉਹਦੀ ਲਗਨ ਲੱਗ ਜਾਂਦੀ ਮਿੱਠੀ ਉਹਦੇ ਵੀ ਅਕਾਲ ਪੁਰਖ ਨਾਲ। ਇਹ ਹੈਗਾ ਇਹਦਾ ਵਿਆਖਿਆ, ਅਤੇ ਜਿਹੜੇ ਪ੍ਰੋਫੈਸਰ ਹੈਗੇ ਜਿਹੜੇ ਉਹ ਹਰ ਨੂੰ ਹਰੀ ਵੀ ਕਹਿ ਦਿੰਦੇ, ਹਰੀ ਜਿਹੜਾ ਗਲਤ ਹੈਗਾ, ਹਰੀ ਹਰੀ ਓਮ ਸ਼ਾਂਤੀ ਦਾ ਹੈਗਾ ਹਿੰਦੂਆਂ ਦਾ, ਸਿੱਖਾਂ ਦਾ ਹਰ ਹੈਗਾ, ਇਹ ਜਿਹੜਾ ਹੈਗਾ ਹਰ ਇੱਕ ਓਮਕਾਰ ਹੈਗਾ, ਇਹਨੂੰ ਇੱਕ ਓਮਕਾਰ ਨਹੀਂ ਪੜੀਦਾ, ਇਹਨੂੰ ਪੜ੍ਹੋ ਹਰ ਇੱਕ ਓਮਕਾਰ, ਇਹ ਹਰੀ ਓਮ ਸ਼ਾਂਤੀ ਤੋਂ ਪੜਿਆ ਹੈਗਾ। ਅਤੇ ਬਾਕੀ ਮੇਰੀ ਕਿਤਾਬ ਲਿਖੀ ਇੱਕ ਕੱਖ ਹੋਲੇ ਲੱਖ, ਉਹ ਤੁਸੀਂ ਗੂਗਲ ਇੰਟਰਨੈਟ 'ਤੇ ਜੇ ਪਾਓ ਤਾਂ ਤੁਹਾਨੂੰ ਮਿਲ ਜਾਏਗੀ, ਅਤੇ ਕੱਖ ਓਲੇ ਲੱਖ, ਅਤੇ ਜੇ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਉਹਦੀ ਉਹਦਾ ਰਿਵੀਜ਼ਨ ਕਰਨਾ ਹੈਗਾ, ਨਾਲੇ ਉਹ ਪ੍ਰਚਾਰ ਲਈ ਆਪਾਂ ਕਿਤਾਬ ਇੱਕ ਮੈਂ ਛਾਪੀ ਸੀਗੀ ਅਤੇ ਉੱਥੇ ਮੈਨੂੰ ਲੁੱਟ ਲਿਆ ਸੀ ਇਹਨਾਂ ਨੇ ਜਿਹੜੇ ਛਾਪਣ ਵਾਲੇ ਨੇ, 7,000 ਛਾਪੀਆਂ, ਅਤੇ ਕਹਿੰਦਾ 4,000 ਰੱਖੇ ਜੀ ਮੈਂ ਵੰਡ ਦਿੱਤੀਆਂ ਨੇ ਲੋਕਾਂ 'ਚ, ਅਤੇ ਕਿਸੇ ਦਾ ਇੱਕ ਦਾ ਨਹੀਂ ਜਵਾਬ ਆਇਆ, ਯਸ ਕੁਛ ਨਹੀਂ ਹੋਇਆ। ਪੁੱਛਿਆ ਉਹਨੂੰ ਵੀ ਇੱਕ ਕਿਸੇ ਦਾ ਨਹੀਂ ਆਇਆ ਯਾਰ, ਕਹਿੰਦਾ ਜੀ ਇੱਥੇ ਹੀ ਹੈਗਾ, ਇੰਡੀਆ 'ਚ ਨਹੀਂ ਕੋਈ ਇੱਦਾਂ ਗੱਲ ਕਰਦਾ, ਉਹ ਚੁੱਪ ਕਰ ਜਾਂਦੇ ਨੇ। ਮੈਂ ਕਿਹਾ ਕਮਾਲ ਦੀ ਗੱਲ ਹੈਗੀ। ਉੱਤੇ ਉੱਤੇ ਪਾਈ ਸੀ ਮੈਂ ਗਣੇਸ਼ ਦੀ ਫੋਟੋ ਮੋਹਲੇ ਪੇ ਪੰਨੇ 'ਤੇ, ਗਣੇਸ਼ ਦਾ ਨੱਕ ਜਿਹੜਾ ਵੱਡਾ ਹੈਗਾ ਉਹ ਕਰਾਉਂਦਾ ਤੁਹਾਨੂੰ ਸ਼ਰਮ ਨੂੰ, ਅਤੇ ਕੋਈ ਸ਼ੁਭ ਕਰਨ ਕਰਨ ਜਾਂਦੇ ਨੇ ਤਾਂ ਪਹਿਲਾਂ ਗਣੇਸ਼ ਦੀ ਪੂਜਾ ਕਰਦੇ ਨੇ ਵੀ ਇੱਦਾਂ ਦਾ ਕੰਮ ਨਾ ਕਰੇ ਕਿ ਖਾਨਦਾਨ ਦਾ ਨੱਕ ਕਟਾ ਕੇ ਆ ਜਾਏ, ਇਹ ਮਤਲਬ ਹੈਗਾ ਗਣੇਸ਼ ਦਾ ਲੰਬਾ ਨੱਕ, ਵੀ ਆਪਣਾ ਮਾਣ ਇੱਜ਼ਤ ਰੱਖੇ ਖਾਨਦਾਨ ਦੀ। ਅਤੇ ਅੱਜ ਕੱਲ੍ਹ ਤਾਂ ਉਹ ਬਾਹਮਣਾਂ ਨੂੰ ਨਹੀਂ ਪਤਾ ਇਸ ਚੀਜ਼ ਦਾ, ਕਹਾਣੀ ਸੁਣਾ ਦੇਣਗੇ ਉੱਤੇ, ਅਤੇ ਅੱਗੇ ਤੁਹਾਡੀ ਮਰਜ਼ੀ।